Assalamu alaikum. Bismillah ar-Rahman ar-Rahim. Alhamdulillah. ਅਸੀਂ ਦੋ ਮਸ਼ਕਾਂ ਜਿਹੜੀਆਂ ਜੀ ਉਹ ਮੁਕੰਮਲ ਕਰ ਚੁੱਕੇ ਹਾਂ। ਹੁਣ ਅਸੀਂ ਤੀਸਰੀ ਮਸ਼ਕ ਜਿਹੜੀ ਆ ਨਾ ਜੀਮ ਅਲਫ ਜਾ ਉਹ ਅਸੀਂ ਸ਼ੁਰੂ ਕਰਾਂਗੇ ਅਤੇ ਅਲਹਮਦੁਲਿਲਾ ਰਿਸਪੌਂਸ ਕਾਫੀ ਆ ਰਿਹਾ ਵਾ ਅਤੇ ਕੋਸ਼ਿਸ਼ ਕਰੀਦੀ ਹੈ ਕਿ ਇਹਨੂੰ ਅੱਛੇ ਤਰੀਕੇ ਨਾਲ ਨਾ ਸਮਝਾਇਆ ਜਾਵੇ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਹਨੂੰ ਅੱਛੇ ਤਰੀਕੇ ਨਾਲ ਸਮਝੋਗੇ ਅਤੇ ਔਰ ਇਹਦਾ ਜਿਹੜਾ ਨਾ ਅਸਰ ਹੋਏਗਾ ਰਿਜ਼ਲਟ ਆਏਗਾ ਅਤੇ ਉਮੀਦ ਹੈ ਵੀ ਦੁਆ ਕਰਿਓ ਅਸੀਂ ਵੀ ਇਹਨੂੰ ਕਰਦੇ ਰਹੀਏ ਤੁਸੀਂ ਇਹਨੂੰ ਸਮਝਦੇ ਰਹੋ। ਸ਼ੁਕਰੀਆ ਜੀ। ਰਹਿਮਾਨ ਰਹੀਮ। ਅੱਜ ਸਾਡੀ ਮਸ਼ਕ ਹੈ ਜੀ ਮਸ਼ਕ ਨੰਬਰ 24 ਸਬਕ ਨੰਬਰ ਜੀਮ ਰੇ ਜਰ। ਇਹ ਹੀ ਅਸੀਂ ਜਿਹੜਾ ਨੀਚੇ ਆ ਕੇ ਕੋਨਾ ਇਸਤੇਮਾਲ ਕਰਾਂਗੇ ਫਿਰ ਇੱਥੇ ਪੂਰੀ ਕਲਮ ਲੱਗੇਗੀ ਫਿਰ ਰੇ ਬਣੀ ਨੀਚੇ ਇੰਨੇ ਇੰਨੇ ਫਾਸਲੇ 'ਤੇ ਲਿਖਾਂਗੇ। ਲੈਡ ਪੈਨਸਲ ਨਾਲ ਤੁਸੀਂ ਕੋਸ਼ਿਸ਼ ਕਰੋ ਕਿ ਸਬਕ ਜਿਹੜਾ ਨਾ ਜ਼ਿਆਦਾ ਤੋਂ ਜ਼ਿਆਦਾ ਲਿਖਿਆ ਜਾਵੇ ਫਿਰ ਇਹਦੀ ਇਹ ਆਸਾਨੀ ਹੁੰਦੀ ਹੈ ਕਿ ਤੁਸੀਂ ਅਗਰ ਤੁਹਾਨੂੰ ਲਫ਼ਜ਼ ਨਹੀਂ ਸਹੀ ਲੱਗ ਰਿਹਾ ਉਹਨੂੰ ਮਿਟਾ ਲਓ ਮਿਟਾ ਕੇ ਬੰਦਾ ਉਹਨੂੰ ਕਰ ਸਕਦਾ ਵਾ। ਇਹਦੇ ਨਾਲ ਸਾਡਾ ਜਿਹੜਾ ਜੀਮ ਸੀਨ ਜਿਸ ਅਸੀਂ ਇਹ ਫਿਰ ਅਤੇ ਕੋਨਾ ਇਸਤੇਮਾਲ ਹੋਏਗਾ ਫਿਰ ਇਹ ਦੰਦੇ ਜਿਹੜੇ ਨੇ ਇਹ ਵੀ ਇਹਦੇ ਕੋਨੇ ਨਾਲ ਹੀ ਬਣਨੇ ਨੇ ਇਸ ਲੈਨ ਤੱਕ ਇਹਦਾ ਵੱਡਾ ਪਿਆਲਾ ਬਣੇਗਾ ਪਿਆਲੇ ਤੋਂ ਬਾਅਦ ਫਿਰ ਦਾਇਰਾ ਬਣੇਗਾ ਇਹਦਾ। ਔਰ ਅਸੀਂ ਮਸ਼ਕ ਜਿਹੜੀ ਹੈ ਸਫ਼ਾ ਪੂਰਾ ਅਸੀਂ ਕਰਨਾ ਇਹਦਾ। ਬਾਕੀ ਇਹਦਾ ਇਹ ਹੁੰਦਾ ਕਿ ਜਦੋਂ ਤੁਸੀਂ ਕਰ ਰਹੇ ਜੇ ਅਗਰ ਤੁਹਾਡਾ ਦਿਲ ਕਿਸੇ ਵਜ੍ਹਾ ਤੋਂ ਨਹੀਂ ਕਰ ਰਿਹਾ ਨਾ ਬੇਸ਼ੱਕ ਉਹਨੂੰ ਛੋੜ ਦਿਓ ਜਦੋਂ ਤੁਹਾਡਾ ਦਿਲ ਕਰੇ ਉਦੋਂ ਕਰੋ ਇਹ ਫਿਰ ਉਹ ਓਨਾ ਅੱਛਾ ਰਿਜ਼ਲਟ ਆਉਂਦਾ। ਇਹ ਸੀ ਜੀ ਸਾਡਾ ਅੱਜ ਸਬਕ ਜੀਨਸ ਇਨ ਜਸ।